ਭਾਣਾ ਮੰਨਣ ਦੇ ਮਾਲਕ ਸਤਿਗੁਰੂ ਸ਼ਾਂਤੀ ਦੇ ਸੋਮੇ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬੀ ਨਾਲ ਨਾਲ ਆਪਾਂ ਮਨਾ ਰਹੇ ਹਾਂ। ਆਪ ਸੰਗਤਾਂ ਜੁਗੋ ਜੁਗ ਅਟਲ ਗਰੀਬਨ ਵਾਰਡ ਸਤਿਗੁਰੂ ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਸ਼ਨ ਕਰਕੇ ਜਿੱਥੇ ਨਤਮਸਤਕ ਹੋ ਰਹੇ ਹੋ ਉੱਥੇ ਆਪ ਜੀ ਨੇ ਮਨੁੱਖਾ ਜੀਵਨ ਦੀਆਂ ਘੜੀਆਂ ਸਫਲ ਕੀਤੀਆਂ ਹਨ। ਸਤਸੰਗਤ ਦੇ ਵਿੱਚ ਬੈਠ ਕੇ ਜਥੇ ਦੇ ਸਿੰਘਾਂ ਤੋਂ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਗਿਆਨੀ ਗੁਰਦੀਪ ਸਿੰਘ ਜੀ ਬਹੁਤ ਸੁੰਦਰ ਪ੍ਰਸੰਗ ਗੁਰ ਇਤਿਹਾਸ ਵਿੱਚੋਂ ਸੁਣਾ ਰਹੇ ਸਨ, ਜਿਸ ਦਾ ਸਾਰ ਤੱਤ ਨਿਚੋੜ ਰਿਜ਼ਲਟ ਕਹਿ ਲਓ ਕਿ ਧੰਨ ਗੁਰੂ ਅੰਗਦ ਦੇਵ ਜੀ ਨੇ ਮਿੱਠਾ ਭਾਣਾ ਮੰਨਣ ਨੂੰ ਹੀ ਗੁਰੂ ਦੀ ਪ੍ਰਸੰਨਤਾ ਆਖਿਆ ਹੈ। ਸਾਰੇ ਸੁਖੀ ਗੁਰੂ ਦੀ ਰਜ਼ਾ ਵਿੱਚ ਰਹਿ ਕੇ ਸਿੱਖ ਨੂੰ ਪ੍ਰਾਪਤ ਹੋ ਸਕਦੇ ਹਨ। ਭਾਣੇ ਦੇ ਬੇਅੰਤ ਅਰਥਨ ਭਾਣਾ ਹੈ ਗੁਰੂ ਦਾ ਹੁਕਮ ਮੰਨਣਾ। ਗੁਰੂ ਦਾ ਹੁਕਮ ਭਾਣੇ ਵਿੱਚ ਕੀ ਆਉਂਦਾ? ਨਾਮ ਜਪਣਾ। ਨਾਮ ਜਪਣ ਨਾਲ ਸਾਰੇ ਸੁੱਖ ਪ੍ਰਾਪਤ ਹੁੰਦੇ ਹੈ। ਨਾਮ ਜਪ ਕੇ ਫਿਰ ਸਾਰੀਆਂ ਸ਼ਕਤੀਆਂ ਸਾਰੇ ਸੁੱਖਾਂ ਨੂੰ ਪਾ ਕੇ ਗੁਰੂ ਦੀ ਰਜ਼ਾ ਵਿੱਚ ਭੈ ਭਾਵਨਾ ਵਿੱਚ ਤੁਰਨਾ, ਕਦੇ ਵੀ ਹੰਕਾਰ ਨਹੀਂ ਕਰਨਾ, ਮਨ ਵਿੱਚ ਹਉਮੈ ਨਹੀਂ ਕਰਨੀ ਔਰ ਨਿਮਰਤਾ ਭਾਵ ਰੱਖਣਾ। ਕੋਈ ਦੁੱਖ ਆ ਬਣੇ ਫਿਰ ਗੁਰੂ ਦੇ ਭਾਣੇ ਵਿੱਚ ਗੁਰੂ ਦੀ ਰਜ਼ਾ ਵਿੱਚ ਚੱਲਣਾ। ਸੋ ਮਹਾਰਾਜ ਜੀ ਨੇ ਭਾਣੇ ਦੀ ਬਹੁਤ ਵੱਡੀ ਮਹਿਮਾ ਕੀਤੀ ਹੈ। ਅੱਜ ਭਾਣਾ ਮੰਨਣ ਵਾਲੇ ਐਸੇ ਮਹਾਨ ਸਤਿਗੁਰੂ ਜਿਨ੍ਹਾਂ ਨੇ ਭਾਣੇ ਦੇ ਸ਼੍ਰੋਮਣੀ ਪੂਰਨੇ ਸੰਸਾਰ ਵਿੱਚ ਪਾਏ ਹੈ ਉਹ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਹੈ। ਸਤਿਸੰਗਤ ਜੀ, ਸਤਿਗੁਰੂ ਜੀ ਦਾ ਅਵਤਾਰ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਮਾਤਾ ਭਾਨੀ ਜੀ ਦੇ ਗ੍ਰਹਿ ਵਿਖੇ ਹੋਇਆ। ਔਰ ਭੱਟਾ ਨੇ ਬੜਾ ਸੁੰਦਰ ਲਿਖਿਆ, ਤੈ ਜਨਮਤ ਗੁਰਮਤ ਬ੍ਰਹਮ ਪਛਾਣੇ। ਇਹ ਗੁਰੂ ਅਰਜਨ ਦੇਵ ਜੀ, ਤੁਸੀਂ ਜਨਮ ਤੋਂ ਅਵਤਾਰ ਲੈਣ ਤੋਂ ਹੀ ਗੁਰਮਤ ਨੂੰ ਜੇ ਪਛਾਣਿਆ ਤਾਂ ਤੁਸੀਂ ਪਛਾਣਿਆ, ਕਿਉਂਕਿ ਨਾਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਤੁਹਾਡੀ ਪਰਵਰਿਸ਼ ਹੋਈ ਸ਼੍ਰੀ ਗੁਰੂ ਅਮਰਦਾਸ ਜੀ ਦੀ ਨਿਗਰਾਨੀ ਵਿੱਚ। ਖੇਡਦੇ ਖੇਡਦੇ ਸਤਿਗੁਰੂ ਜੀ ਦੀ ਸਮਾਧੀ ਲੱਗੀ ਹੋਈ ਤੋਂ ਚੁਬਾਰਾ ਸਾਹਿਬ ਦੇ ਅੰਦਰ ਜਿਸ ਪਲੰਘ 'ਤੇ ਬੈਠ ਕੇ ਸਤਿਗੁਰੂ ਜੀ ਸਿਮਰਨ ਵਿੱਚ ਜੁੜੇ ਹੋਏ ਸਨ, ਉਸ ਪਲੰਘ ਦੇ ਪਾਵੇ ਨੂੰ ਫੜ ਕੇ ਉੱਚੀ ਉੱਚੀ ਸਤਿਗੁਰੂ ਜੀ ਆਵਾਜ਼ਾਂ ਦੇਣ ਲੱਗ ਪਏ। ਔਰ ਇੰਨੇ ਨੂੰ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਸਮਾਧੀ ਖੁੱਲ੍ਹੀ ਤਾਂ ਹਜ਼ੂਰ ਨੇ ਡੌਲਿਆਂ ਤੋਂ ਫੜ ਕੇ ਉੱਤੇ ਨੂੰ ਦੋ ਤਿੰਨ ਵਾਰੀ ਉਲਾਰਿਆ ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਹੱਥਾਂ ਤੋਂ ਆਪਣੇ ਚਰਨਾਂ ਤੋਂ ਕਾਹਲੀ ਕਰਨ, ਇਉਂ ਇਸ਼ਾਰੇ ਦੇਣ ਕਿ ਸਾਨੂੰ ਆਪਣੇ ਕੋਲੇ ਆਪਣੇ ਪਾਸ ਬਿਠਾਓ, ਤਾਂ ਧੰਨ ਗੁਰੂ ਅਮਰਦਾਸ ਜੀ ਕਹਿ ਰਿਹਾ ਹੈ ਦੋਹੇ ਥੇ ਦੋਹੇ ਥਾ ਬਾਣੀ ਕਾ ਬੋਹੇ ਥਾ। ਹੇ ਦੋਹਤੇ, ਤੂੰ ਬਾਣੀ ਦਾ ਜਹਾਜ਼ ਰਚੇਂਗਾ ਸੰਸਾਰ ਦੇ ਉਧਾਰ ਵਾਸਤੇ, ਅਜੇ ਕਾਹਲੀ ਨਾ ਕਰ। ਇਸ ਥਾਂ 'ਤੇ ਪਹਿਲਾਂ ਤੇਰੇ ਪਿਤਾ ਗੁਰਤਾ ਗੱਦੀ 'ਤੇ ਬੈਠਣਗੇ, ਫਿਰ ਤੂੰ ਸਾਡੇ ਸਰੂਪ ਵਿੱਚ ਆ ਕੇ ਬੈਠੇਗਾ, ਸਾਡੀ ਜੋਤ ਗੁਰਤਾ ਗੱਦੀ ਦੀ ਤੈਨੂੰ ਫਿਰ ਪ੍ਰਾਪਤ ਹੋਏਗੀ। ਬੀਬੀ ਭਾਨੀ ਗਈ ਕਾਹਲੀ ਨਾਲ, ਕਿਉਂਕਿ ਗੁਰੂ ਅਮਰਦਾਸ ਜੀ ਦਾ ਬਚਨ ਸੀ ਕਿ ਪੁੱਤਰੀ ਜਦੋਂ ਸਮਾਧੀ ਵਿੱਚ ਬੈਠੇ ਹੋਈਏ ਉਦੋਂ ਕੋਈ ਉੱਚੀ ਨਾ ਬੋਲੇ, ਆਵਾਜ਼ ਨਾ ਦੇਵੇ, ਸਾਡੇ ਦਰਵਾਜ਼ੇ ਨੂੰ ਖੋਲ੍ਹ ਕੇ ਅੰਦਰ ਨਾ ਕੋਈ ਆਵੇ, ਇਹ ਨਿਯਮ ਹਨ ਸਾਡੇ, ਸੋ ਇਹਨਾਂ ਦੀ ਪਾਲਣਾ ਸਖਤੀ ਨਾਲ ਕਰਨੀ। ਬੀਬੀ ਭਾਨੀ ਡਰੀ ਹੋਈ,
ਜਦੋਂ ਚੀਕਾਂ ਆਵਾਜ਼ਾਂ ਉੱਚੀ ਸੁਣੀਆਂ ਕਿ ਅੱਜ ਤਾਂ ਬਹੁਤ ਵੱਡੀ ਅਵਗਿਆ ਹੋਈ ਤਾਂ ਅੱਗੇ ਜਾ ਕੇ ਕੀ ਵੇਖਿਆ ਕਿ ਮਹਾਰਾਜ ਵਰਦਾਨ ਦੇ ਰਹੇ ਆ ਗੋਦ ਵਿੱਚ ਲਿਆ ਤੇ ਖਿਮਾ ਜਾਚ ਨਾ ਕੀਤੀ ਮਹਾਰਾਜ ਕਹਿੰਦੇ ਨਹੀਂ ਇਹ ਵੀ ਗੁਰੂ ਨਾਨਕ ਸਾਹਿਬ ਦੀ ਰਜਾ ਵਿੱਚ ਹੀ ਉਹਨਾਂ ਨੇ ਇਹਨਾਂ ਨੂੰ ਭੇਜਿਆ ਔਰ ਆਏ ਵੀ ਇਸੇ ਲਈ ਸਨ ਇਹਨਾਂ ਨੇ ਵਰਦਾਨ ਪ੍ਰਾਪਤ ਕਰਨਾ ਸੀ ਸਾਧ ਸੰਗਤ ਜੀ ਦੇਖੋ ਸਤਿਗੁਰੂ ਜੀ ਦਾ ਬਚਪਨ ਗੋਇੰਦਵਾਲ ਸਾਹਿਬ ਗੁਜ਼ਰਿਆ ਜਦੋਂ ਆਪ ਜੀ ਧੰਨ ਗੁਰੂ ਰਾਮਦਾਸ ਜੀ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਗੁਰੂ ਕੇ ਮਹਿਲਾਂ ਦੀ ਸੇਵਾ ਹੋਈ ਸਰੋਵਰ ਦੀ ਸੇਵਾ ਹੋਈ ਤਾਂ ਭਾਈ ਸਹਾਰੀ ਮੱਲ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰਾਂ ਵਿੱਚੋਂ ਭਰਾਤਾ ਜੀ ਲੱਗਦੇ ਸਨ ਉਹਨਾਂ ਦੇ ਪੁੱਤਰ ਦਾ ਵਿਆਹ ਰੱਖਿਆ ਹੋਇਆ ਸੀ ਉਹ ਬੇਨਤੀ ਕਰਨ ਆਏ ਮਹਾਰਾਜ ਮੇਰੇ ਪੁੱਤਰ ਦੇ ਵਿਆਹ ਵਿੱਚ ਸ਼ਾਮਿਲ ਹੋ ਮਹਾਰਾਜ ਕਹਿੰਦੇ ਸਾਡਾ ਜਾਣਾ ਬੜਾ ਮੁਸ਼ਕਲ ਹੈ ਜੇ ਅਸੀਂ ਜਾਵਾਂਗੇ ਤਾਂ ਇੱਥੇ ਮਗਰੋਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੀਆਂ ਸੰਗਤਾਂ ਆ ਕੇ ਖਾਲੀ ਮੁੜਨਗੀਆਂ ਦੂਸਰਾ ਸਾਡੇ ਆਉਣ ਨਾਲ ਤੇਰਾ ਖਰਚ ਖੇਚਲ ਬਹੁਤ ਵੱਧ ਜਾਏਗਾ ਤੂੰ ਸਾਡੇ ਸਾਹਿਬਜ਼ਾਦਿਆਂ ਵਿੱਚੋਂ ਇੱਕ ਨੂੰ ਲੈ ਜਾ ਪਿਰਥੀਏ ਨੂੰ ਕਿਹਾ ਪਿਰਥੀਏ ਨੇ ਮਹਾਰਾਜ ਨੂੰ ਇਨਕਾਰ ਕਰ ਦਿੱਤਾ ਮਹਾਂਦੇਵ ਜੀ ਸਾਧੂ ਸੁਭਾਅ ਵਾਲੇ ਸਨ ਉਹਨਾਂ ਨੇ ਵੀ ਇਨਕਾਰ ਕਰ ਦਿੱਤਾ ਫਿਰ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਵੀ ਜਦੋਂ ਬੁਲਾਈਏ ਜੇ ਹੁਣ ਜਾਣਾ ਜਿੰਨਾ ਚਿਰ ਵਾਪਸ ਨਾ ਬੁਲਾਈਏ ਉਨਾ ਚਿਰ ਆਉਣਾ ਨਹੀਂ ਔਰ ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਸ਼ਹਿਰ ਵਿੱਚ ਗਏ ਭਾਈ ਸਹਾਰੀ ਮੱਲ ਦੇ ਪੁੱਤਰ ਦੇ ਵਿਆਹ ਦੇ ਕਾਰਜ ਕਰਵਾਏ ਔਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਜੋ ਜਨਮ ਅਸਥਾਨ ਅਵਤਾਰ ਅਸਥਾਨ ਸੀ ਨਾ ਉਸ ਦੀ ਸਾਰੀ ਸੇਵਾ ਕਰਵਾਈ ਚੌਥੇ ਪਾਤਸ਼ਾਹ ਜੀ ਦੇ ਬਚਨ ਸਨ ਕਿ ਸਾਡਾ ਜਿਹੜਾ ਜਨਮ ਦਾ ਘਰ ਹੈ ਪਿਤਾ ਮਾਤਾ ਨੇ ਜੋ ਸਾਨੂੰ ਘਰ ਬਖਸ਼ਿਆ ਪਿਤਾ ਬਾਬਾ ਹਰਦਾਸ ਜੀ ਨੇ ਮਾਤਾ ਦਇਆ ਕੌਰ ਜੀ ਨੇ ਉਸ ਨੂੰ ਧਰਮਸਾਲ ਬਣਾ ਦਿਓ ਭਾਵ ਗੁਰਦੁਆਰਾ ਬਣਾ ਦਿਓ ਉੱਥੇ ਸੰਗਤ ਰੋਜ਼ ਕੀਰਤਨ ਕਥਾ ਦੇ ਵਿੱਚ ਜੁੜਿਆ ਕਰੇਗੀ ਲੰਗਰ ਚੱਲੇਗਾ ਪਰ ਉਪਕਾਰ ਹੋਏਗਾ ਸੋ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਧ ਸੰਗਤ ਜੀ ਉਦੋਂ ਮਹਾਰਾਜ ਜੀ ਦੀ 13 ਸਾਲ ਦੀ ਸਰੀਰ ਦੀ ਅਵਸਥਾ ਸੀ ਐਸਾ ਸੁੰਦਰ ਗੁਰਦਰਬਾਰ ਬਣਾਇਆ ਹਰਿਮੰਦਰ ਸਾਹਿਬ ਵਰਗਾ ਹੀ ਲਗਭਗ ਨਕਸ਼ਾ ਹੈ ਉਸ ਦਰਬਾਰ ਦਾ ਅਤੇ ਅੱਜ ਦੇ ਸਮੇਂ ਦੇ ਅਮੈਰੀਕਾ ਤੱਕ ਦੇ ਇੰਜੀਨੀਅਰ ਵੀ ਹੈਰਾਨ ਹੁੰਦੇ ਹੈ ਕਿ ਅਸੀਂ ਭੂਚਾਲ ਮੁਕਤ ਬਿਲਡਿੰਗਾਂ ਅੱਜ ਬਣਾਉਣ ਲੱਗੇ ਹਾਂ ਪਰ ਧੰਨ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਬਣਾਇਆ ਨਾ ਉਸ ਨੂੰ ਦੁਨੀਆ ਵਿੱਚ ਵੱਡੇ ਤੋਂ ਵੱਡਾ ਭੂਚਾਲ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ ਐਸੀ ਇੰਜੀਨੀਅਰ ਦੀ ਐਸੀ ਇਮਾਰਤ ਸਾਜੀ ਦੀ ਟਕਨੀਕ ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਧਰਤੀ 'ਤੇ ਸਭ ਤੋਂ ਪਹਿਲਾਂ ਦੁਨੀਆ ਨੂੰ ਇਹ ਦਿੱਤੀ ਹੈ ਐਡੇ ਵੱਡੇ ਸਤਿਗੁਰੂ ਮਹਾਰਾਜ ਜੀ ਗੁਰਧਾਮਾਂ ਦੀ ਉਸਾਰੀ ਕਰਾਉਣ ਲਈ ਐਡਾ ਵੱਡਾ ਵਿਸ਼ਾਲ ਗਿਆਨ ਸਤਿਗੁਰੂ ਜੀ ਦੇ ਹਿਰਦੇ ਵਿੱਚ ਔਰ ਸਾਰੀ ਸੇਵਾ ਸੰਪੂਰਨ ਹੋਈ ਫਿਰ ਮਹਾਰਾਜ ਚਿੱਠੀ ਭੇਜੀ ਵਾਰ ਵਾਰ ਲੰਮਾ ਪ੍ਰਸੰਗ ਹੈ ਫਿਰ ਅੰਮ੍ਰਿਤਸਰ ਸਾਹਿਬ ਆਏ ਸਰੋਵਰ ਦੀਆਂ ਸੇਵਾਵਾਂ ਵਿੱਚ ਲੱਗੇ ਚੌਥੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਉਸ ਨੂੰ ਉਪਰੰਤ ਸਰੋਵਰ ਪੱਕਾ ਕਰਾਇਆ ਹਰਿਮੰਦਰ ਸਾਹਿਬ ਸਾਰਾ ਬਣਵਾ ਕੇ ਸੇਵਾ ਕੀਤੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਕਰਵਾ ਕੇ ਲਿਖਵਾ ਕੇ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਤਰਨ ਤਾਰਨ ਸਾਹਿਬ ਦੀ ਜਗ੍ਹਾ ਮੁੱਲ ਲੈ ਕੇ ਨਗਰ ਵਸਾਇਆ ਸ਼ਹਿਰ ਵਸਾਇਆ ਸਰੋਵਰ ਦੀ ਦਰਬਾਰ ਸਾਹਿਬ ਦੀ ਸੇਵਾ ਕਰਵਾਈ ਕਿੰਨੀਆਂ ਵੱਡੀਆਂ ਮਹਾਨ ਰਹਿਮਤਾਂ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਿੰਨੇ ਵੱਡੇ ਸਾਡੇ ਉੱਤੇ ਪਰਉਪਕਾਰ ਕੀਤੇ ਹਨ ਕਿ ਗੁਰਬਾਣੀ ਦਾ ਮਹਾਨ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਔਰ ਅੱਜ ਦੇ ਦਿਨ 'ਤੇ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਜ਼ਿਕਰ ਕੀਤਾ ਹੈ ਰਹਿੰਦੇ ਗੁਰਦਰਿਆਓ ਵਿੱਚ ਮੀਨ ਕਲੀਨ ਹੇਤ ਨਿਰਵਾਣੀ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ ਸ਼ਬਦ ਸੁਰਤ ਲਿਵ ਮਿਰਗ ਜਿਉਂ ਭੀੜ ਪਈ ਚਿਤ ਅਵਰਨ ਆਣੀ ਚਰਨ ਕਮਲ ਮਿਲ ਭਵਰ ਜਿਉਂ ਸੁਖ ਸੰਪਟ ਵਿੱਚ ਰਹਿਣ ਬਿਹਾਣੀ ਗੁਰ ਉਪਦੇਸ਼ ਨਾ ਵਿਸਰੈ ਬਾਂਹ ਬੀਹੇ ਜਿਉਂ ਆਖ ਵਖਾਣੀ
गुरमुख सुख फल परम रस सहज समाध साध संग जानी गुर अर्जन विटों कुर्बानी। ये जड़ा शब्द है ना ये भाई गुरदास दी वार दी जड़ी पौड़ी है ना ये ओ समय दी है जो गुरु साहब लाहौर विच शहीदी दे रहे सन अज दे दिन 1663 विक्रमी 1605 ईस्वी 6 सुदी चौथ 25 मई नू अमृत वेले गुरुद्वारा डेरा साहिब सतगुरु जी दी शहीदी होई। साध संगत जी भाई गुरदास जी कह रहे हैं कि जदों सतगुरु नू देग विच बिठा के गर्म पानी विच शरीर उबालिया गया ना उदों देखो किन्नी तकलीफ होएगी शरीर नू किन्ना दुख किन्ना दर्द होएगा पर सतगुरु जी लिए ओ दुख ओ दर्द किहो जिहा सी रहिंदे गुरदरियाओ विच मीन कलीन हेत निर्माणी दरिया दे ठंडे पानी विच जिवें मीन मच्छी कलोलां करदी है ना कि सतगुरु जी उस उबलदे पानी विच उस तरह आनंद दी अवस्था विच सन। पहली उदाहरण भाई साहब ने दित्ती। दूजी दर्शन देख पतंग ज्यों ज्योति अंदर जोत समाणी परमात्मा विच गुरु नानक साहब विच इन्नी जोत लिवलीन होई होई सी कि जदों जालम तत्ता रीता सतगुरु जी दे सीस उत्ते पा रहे सन ना कड़चे भर भर के सतगुरु जी इस तरह दे ध्यान विच मगन सन कि जिवें पतंगा दीवे दी लाट उत्ते अपना अपना आप सड़ा के कुरबान करके भी प्रसन्न हो जांदा खुशियां विच भर जांदा कि महाराज इस तरह शांत सन। शब्द सुरत लिव मिर्ग ज्यों भीड़ पई चिता वरनाणी इन्नी भीड़ा आई इन्नी मुसीबत आई इन्ना कष्ट गुरु अर्जन देव जी ते आया कहिंदे पर उस समय धर्म की खातर अपना आप निशावर करन हित जिवें घंडे हेड़े दे शब्द उत्ते मिर्ग अपने प्राण दे दिंदा धन गुरु अर्जन देव जी ने अपने शरीर के प्राणा नूं निशावर करदिआं परवाह नहीं कीती। फिर चौथी उदाहरण दिंदे है चरण कमल मिल भवर ज्यों सुख संपट विच रहण बिहाणा कहिंदे जेड़ी तत्ता रेता तत्ती लोह ते बिठा के शहीद करन तों एक दिन पहला दी रात है ना वो बहुत भीड़ा भीड़ा वाली रात दुखा वाली रात दुखा ते कष्टा वाली रात भीड़ा वाली बहुत भयानक दर्दा वाली रात सी पर महाराज वो किवें बतीत कर रहे सन जिवें भौरा फुल दे उत्ते बैठ के सुगंधी दे रस नूं चूसदा ना और बड़े आनंद विच मस्त हो जांदा। धन गुरु अर्जन देव जी लई उह समां इहो जिहा सी कि आप जी ने सुखां दे संपट विच संपट नाम हुंदा बर्तन दा डब्बे दा भाव चरण कमल गुरु साहब जी दा हिरदा ऐसा गुर चरणा विच गुर शब्द विच वाहिगुरु विच इउं को कि वाहिगुरु दे नाम विच कह लो वाहिगुरु दे रूप विच इस तरह जुड़िया होया सी कि जिवें भवरा मस्त हो जांदा फुल दी महक उत्ते सतगुरु जी नूं कोई परवाही नहीं सी ऐसे संकट भरे समय विच और गुर उपदेश ना विसरै बां बीहे ज्यों आंख बखाणी। पंजवीं उदाहरण दे रहे है कि गुरु साहब नूं उस समय की याद सी की चेता सी जदों शहीदी हो रही सी कि जिवें बबीहा बार 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 साध संगत जी अमृत दी स्वांती बूंद लई प्रयो प्रयो पुकारदा ना उहदी इक्को तड़प प्रयो प्रयो करके पुकारदा स्वांती बूंद दी एक बूंद वास्ते एक किणके वास्ते गुरु अर्जन देव जी उस वक्त वाहिगुरु 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 इस सिमरन दे आनंद विच जुड़े हुए सन। रोम रोम और डेरा साहब दियां कंधां विचों भी सिमरन दी आवाज आ रही सी जदों महाराज शहीद हो रहे सन। और फिर भाई साहब कहिंदे है छेवीं उदाहरण गुरमुख सुख फल परम रस
सहज समाध साध संग जाने इस परम रस परम आनंद दे रस ते फल नू गुरु अर्जन देव जी जानते सन केड़े नू कहिंदे उदों भी सहज विच सतगुरु जी दी समाधि भाव शांति दे विच शांति दे सागर विच वाहिगुरु विच लवलीनता दी समाधि लगी हुई सी अडोल बैठे हुए सन। साईं मियां मीर एडे एडे फलूहे देख के धा निकल गई उस दी रिहा नहीं गया उच्ची उच्ची जारो जार रोण लग पिया ते सतगुरु जी मुस्करा रहे सन तत्ती लोह ते बैठे हुए। सात संगत जी तुसी वेखो जेठ दा महीना तत्ता सूरज तत्ता हवा तत्ती मौसम तत्ता लोह तत्ती अग तत्ती कड़छा तत्ता रिता तत्ता जालम सिर विच रिता पौन वाला तत्ता मुर्तजा खान लाहौर दा गवर्नर तत्ता चंदू पापी तत्ता जहांगीर पापी तत्ता कौन नी तत्ता कौन नी सड़िया कौन नी पुटिया होया ये सारे तत्त्यों भी तत्ते है कहिंदे ये तेरा तत्ते ही तत्ते है जे ठंडे ते शीतल है केवल गुरु अर्जन देव जी सच्चे पातशाह को पाई वाही। धन श्री गुरु अर्जन देव साहिब सच्चे पातशाह कहिंदे निजानंद दी समाधि विच ऐ बैठे सन जिवें कोई ऋषि निर्विकल्प समाधि विच जुड़िया होया हो शरीर ते छाले पए होए है ते आप समाधि विच बैठे है। भाई गुरदास जी कहिंदे गुर अर्जन विटों कुरबाणी गुर अर्जन विटों कुरबाणी ऐसे है गुरु अर्जन देव जी तुहाडी शहीदी तो तुहाडी कुरबानी तो मैं बलिहार कुरबान जांदा हाँ जिहड़ी ऐसी तुसी वाहिगुरु दा मिठा पाणा मन के शहीदी दित्ती है दुनिया विच कोई दे नहीं सकिया इस तख्ते ते कोई इहो जी शहीदी नहीं दे सकिया। सो सात संगत जी मैं अगे ना जावा समा अगे जाण दी आग्या नहीं दिंदा ऐसे सतगुरु धन गुरु अर्जन देव जी दा जो शहीदी गुरपुरब है आओ आपां सतगुरु जी दी मिठी शहीदी दी याद विच जिथे जुड़े हाँ उत्थे जून 1984 दा ओ घल्लूघारा जदों उस समय दी जालम अते जरवाणी हुकूमत ने श्री अकाल तख्त साहब जी दे उत्ते तोपां टैंकां दे नाल हमला कीता उदों भी संगत श्री गुरु अर्जन देव जी दा शहीदी गुरपुरब मना रही सी उदों भी हमला जालम सरकार ने हरिमंदर साहिब श्री अकाल तख्त साहब ते कीता और हमले दा मुकाबला करदिआं होइआं जदों बहरी चढ़ के आण पिया तो दमदमी टकसाल दे 14वें मुखी कथनी करनी दे पूरे सूरे सूरबीर महाबली योधे अमर शहीद संत ज्ञानी जरनैल सिंह जी खालसा पंडरां वालिआं दी अगवाई हेठ अणगिणत सिंघां ने बजुर्गां ने मातावां ने बच्चिआं ने शहीदियां प्राप्त कीतियां ये शहीदी दीवान उन्हां शहीदां दी याद विच ये लड़ी चल रही है। हर साल तुहाडे नगर विच एक दिन का समागम हुंदा है और जदों तो महापुरखां ने मैते नगर विच टकसाल का हैडक्वाटर बनाया बूढ़े नंगल की संगत उदों तो ही लंगर की बहुत भारी सेवा करती है। मेरी बेनती है सारे नगर के बजुर्गों नूं नौजवानों नूं मातावां नूं भैणां नूं बच्चियां नूं कि आओ 1 जून तो लैके 6 जून तक सारा नगर उत्थे लंगर की सेवा विच लक बन के लगो सेवा करनी है भाई प्रशादे पकाने है वरताने है सारिया सेवावां तुसी नगर ने करनी है। सो हर साल बिना क्या तो अपने आप आके सेवा करया करो गड्डियां ते ट्रालियां ते तुहाडा मुख फर्ज है और शहीदां दी याद विच एक एक दिन दी सेवा कीती होई दा किन्ना क फल मिलेगा मैं बयान करके नहीं दस सकदा। उन्होंने साडे लई शहीदियां दित्तियां असीं उन्हां दी शहीदी नहीं मना सकदे साडा फर्ज है। सो भाई वध चढ़ के सेवा भी करनी है इस तों इलावा 1 जून तो 5 जून तक शहीदी दीवाना विच भी हाजरी शाम नूं 4 बजे तो 6 बजे तक भरनी है
6 जून नूं सारा दिन शहीदी समागमां विच सारे इलाके की संगत ने इस नगर की संगत ने हुम हुमा के पहुँचना। बाकी ये जो पैंफलेट वंडे गए आ ये खालसा जी जथेबंदी वालों जो कॉलेज चलाया जा रहा जिदे विच दसवीं नौवीं दसवीं ग्यारहवीं बारहवीं बी ए एम ए तक की पढ़ाई फ्री जथेबंदी वालों कराई जा रही है। नाल गुरमति की गुरबाणी की विद्या कथा वाचक प्रचारक रागी तैयार किए जा रहे हैं। अपने इलाके विचों बई वड्डे वड्डे विद्वान पैदा करो और टकसाल विच विद्या पढ़ने सिंघां नूं बच्चियां नूं भेजो ताकि दुनियावी विद्या भी पढ़न और धार्मिक विद्या भी बच्चे पढ़न। कोई खर्चा नहीं लगना, सारा खर्चा जथेबंदी कर रही है। ये पैंफलेट पढ़ने और इन्हां ते अमल करना, अपने बच्चों नूं वध तों वध कॉलेज विच दाखला करा के उन्हां नूं विद्या पढ़ाउणी है, बेनतियां प्रवान करनियां सारे नगर दा और इस गुरु घर की प्रबंधक कमेटी का और सरपंच साहब का सारी पंचायत का मैं रोम रोम करके बहुत बहुत धन्यवाद करदा। हुण साध संगत जी आपां अरदास करांगे, उपरंत श्री मुखवाक होएगा प्रिंसीपल सरदार गुरदीप सिंह जी, वह श्री मुखवाक तो बाद सारे समागमां दीआं बेनतियां करनगे। बेनतियां सुन के देग लै के सतगुरु जी दे सुखासन तो उपरंत सारिया ने लंगर छक के फिर घर जाना, ये बेनतियां प्रवान करनिया। इस मौके ते जथेदार बाबा अजीत सिंह जी मुखी धरना दल मेहता चौंक, भाई साहब भाई हरभजन सिंह जी मुंबई वाले, भाई बोड़ सिंह जी और होर भी सिंह पतवंते टेटे तौर पर पहुँचे है, मैं सब का ही बहुत बहुत धन्यवाद करदा। डॉक्टर अवतार सिंह जी बुटर, भाई हर्षदीप सिंह जी, ये बहुत सेवावां दे विच अपना योगदान पा रहे है। अरदास करो कि सदा शहीदी समागमां विच वध चढ़ के सेवा करते रहने सिंह। और भुल्लर जी जो टकसाल का ये चैनल चला के दुनिया भर में सारे समागमां नूं नाल नाल रिले कर रहे हैं। हुणे श्री हरगोबिंदपुर साहिब तो उत्थों समागम का सारा रिले करके इत्थे पहुँचे। अरदास भी कुछ लेट इसे पहुँचया है, सो मैं उन्हों का भी भुल्लर साहब का भी बहुत बहुत धन्यवाद करदा। भुला चुका खिमा करनी, इतनी हाजिरी प्रवान करनी। वाहिगुरू जी का खालसा, वाहिगुरू जी की फतेह। तू ठाकुर तुम